ਜਿਹੜੀ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਨਾ, ਮੈਂ ਨਹੀਂ ਮੰਨਦਾ ਕਿ ਤੁਸੀਂ ਇਹ ਦਾਅਵਾ ਕਰ ਸਕਦੇ ਹੋ ਕਿ ਮੈਂ ਸਭ ਤੋਂ ਬੈਸਟ ਹਾਂ, ਹੈ ਨਾ, ਜਾਂ ਮੈਂ ਟੌਪ ਹਾਂ, ਜਾਂ ਮੈਂ ਹੀ ਹੈ ਜੋ ਹੈਗਾ ਨਾ। ਮੈਂ ਹਮੇਸ਼ਾ ਮੈਂ ਹੀ ਦੇ ਵਿੱਚ ਨਹੀਂ ਬਿਲੀਵ ਕਰਦਾ, ਮੈਂ ਵੀ ਦੇ ਵਿੱਚ ਬਿਲੀਵ ਕਰਦਾ ਕਿ ਮੈਂ ਵੀ ਹਾਂ, ਹੈ ਨਾ। ਸੋ ਹੁੰਦਾ ਹੀ ਆ, ਜਿਹੜਾ ਕੋਈ ਬੰਦਾ ਕੰਮ ਵਧੀਆ ਕਰਦਾ ਉਹ ਡੈਫੀਨੇਟਲੀ ਉਹਨੂੰ ਦੇਖ ਕੇ ਐਂ ਹੁੰਦਾ ਕਿ ਯਾਰ ਵੀ ਆਪਾਂ ਵੀ ਕੁਛ ਕਰੀਏ। ਸੋ ਕੁਛ ਮੈਂ ਪੜ੍ਹਿਆ, ਕੁਛ ਮੈਂ ਰੀਅਲ ਜਿਨ੍ਹਾਂ ਦੇ ਨਾਲ ਇਹ ਚੀਜ਼ ਹੋਈ ਸੀ ਉਹਨਾਂ ਨੂੰ ਮਿਲਿਆ, ਕੁਛ ਮੈਂ ਕੰਟੈਂਟ ਦੇਖਿਆ ਇਸ ਦੇ ਰਿਲੇਟਡ, ਦੈਨ ਫਿਰ ਜੋ ਬਣਿਆ ਤੁਹਾਡੇ ਸਾਹਮਣੇ। ਵਾਹਿਗੁਰੂ ਦਾ ਸਾਰਾ ਕੁਛ, ਉਸ ਰੱਬ ਦਾ, ਉਸ ਗੋਡ ਦਾ। ਸੋ ਉਹਦੀ ਮਰਜ਼ੀ ਆ, ਜਦੋਂ ਉਹ ਦੇਣਾ ਹੁੰਦਾ ਉਹ ਦੇ ਦਿੰਦਾ। ਕਈ ਦਿਨ ਮਹੀਨਾ ਮਹੀਨਾ ਖਾਲੀ ਵੀ ਬੈਠੇ ਰਹੀਦਾ, ਮਿੰਨਤਾਂ ਕਰੀਦੀਆਂ ਵੀ ਕੁਛ ਆਈਡੀਆ ਆ ਜਾਵੇ ਦਿਮਾਗ ਦੇ ਵਿੱਚ, ਨਹੀਂ ਆਉਂਦਾ। ਕਈ ਵਾਰੀ ਇੱਕ ਦਿਨ 'ਚ ਦੋ ਦੋ ਵੀ ਆ ਜਾਂਦੇ ਆ, ਸੋ ਇਹ ਸਾਰਾ ਉਹਦਾ। ਪਰ ਐਵਰੀ ਟਾਈਮ ਜਦੋਂ ਵੀ ਦੇਖਦਾ, ਸੋ ਆਪਣੀਆਂ ਗਲਤੀਆਂ ਤਾਂ ਪਤਾ ਲੱਗਦੀਆਂ ਹੀ ਆ ਕਿ ਮੇਰੀਆਂ ਆਹ ਗਲਤੀਆਂ ਨੇ। ਮੈਂ ਕੋਈ ਫਿਲਮੀ ਬੈਕਗ੍ਰਾਊਂਡ ਤੋਂ ਨਹੀਂ, ਮੇਰੀ ਪਹਿਲੀ ਫਿਲਮ ਵਿੱਚ ਗਲਤੀਆਂ ਵੀ ਹੋ ਸਕਦੀਆਂ ਜੋ ਕਿ ਮੈਂ ਸਿਰ ਮੱਥੇ ਕਬੂਲ ਕਰਦਾ, ਉਹ ਮੈਨੂੰ ਦੇਖਦੇ ਨੂੰ ਵੀ ਪਤਾ ਲੱਗ ਜਾਂਦੀਆਂ। ਪਰ ਉਹ ਫੀਲਿੰਗ, ਉਹ ਐਕਸਪੀਰੀਅੰਸ, ਉਹ ਦੱਸਿਆ ਨਹੀਂ ਜਾ ਸਕਦਾ। ਜੇ ਤੇਰੇ ਨਾਲ ਪਿਆਰ ਨਾ ਹੁੰਦਾ, ਫਿਲਮ ਦੇ ਰਾਈਟਰ ਡਾਇਰੈਕਟਰ ਮਨੀ ਮਨਜਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ। ਇਸ ਤੋਂ ਪਹਿਲਾਂ ਵੀ ਅਸੀਂ ਉਹਨਾਂ ਦਾ ਬਹੁਤ ਸਾਰਾ ਕੰਮ ਪੰਜਾਬੀ ਸਿਨੇਮਾ ਦੇ ਵਿੱਚ ਦੇਖਿਆ, ਉਹਨਾਂ ਤੋਂ ਜਾਣਦੇ ਹਾਂ ਕਿ ਹੁਣ ਇਸ ਡਾਇਰੈਕਸ਼ਨ ਦੇ ਰਾਹੀਂ ਵੀ ਉਹ ਕੀ ਨਵਾਂ ਦੇ ਰਿਹਾ ਪੰਜਾਬੀ ਸਿਨੇਮਾ ਨੂੰ ਔਰ ਕਿੰਨੇ ਕੁ ਐਕਸਾਈਟਡ ਨੇ। ਮਨੀ ਮਨਜਿੰਦਰ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਰੋਜ਼ਾਨਾ ਸਪੋਕਸਮੈਨ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਿਲਮ ਦੀ ਜਿਹੜੀ ਕਹਾਣੀ ਅਸੀਂ ਟ੍ਰੇਲਰ ਦੇ ਵਿੱਚ ਦੇਖ ਰਹੇ ਹਾਂ, ਅੱਜ ਰਿਲੇਸ਼ਨਸ਼ਿਪਸ ਦੇ ਵਿੱਚ ਜੋ ਹੋ ਰਿਹਾ ਉਹ ਹੈ, ਸੋ ਇਸਨੂੰ ਕਿਵੇਂ ਲਿਖਿਆ ਔਰ ਇਸਨੂੰ ਡਾਇਰੈਕਟ ਕਰਨ ਦੇ ਬਾਰੇ ਹੀ ਕਿਉਂ ਸੋਚਿਆ? ਇਹ ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਸੀ, ਸੋਸਾਇਟੀ ਵਿੱਚ ਵੀ ਦੇਖ ਰਿਹਾ ਸੀ, ਮੀਡੀਆ ਵਿੱਚ ਵੀ ਦੇਖ ਰਿਹਾ ਸੀਗਾ। ਕੋਈ ਇਹ ਪਹਿਲੀ ਨਹੀਂ ਜਿਹੜੀ ਮੈਂ ਬਣਾਈ ਆ, ਸੋ ਪਹਿਲਾਂ ਵੀ ਚੀਜ਼ਾਂ ਸੀ, ਪਰ ਇਹ ਮੁੱਦਾ ਸੀਗਾ, ਹੈ ਨਾ। ਡਿਵੋਰਸ ਬਹੁਤ ਵੱਧ ਗਿਆ, ਮੇਰਾ ਇੱਕ ਫਰੈਂਡ ਨੇ ਮੇਰੇ ਬਹੁਤ ਵਧੀਆ, ਯੋਗੇਸ਼ ਅਰੋੜਾ, ਉਹ ਐਡਵੋਕੇਟ ਨੇ, ਅਤੇ ਉਹ ਇੱਕ ਦਿਨ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਇਸ ਟੋਪਿਕ 'ਤੇ ਕਿ ਯਾਰ ਸਮਾਜ ਦੇ ਵਿੱਚ ਨਾ ਵੀ ਆਹ ਚੀਜ਼ਾਂ ਬਹੁਤ ਹਾਵੀ ਹੋ ਰਹੀਆਂ। ਸੋ ਦਿਲ ਕੀਤਾ ਕਿ ਕੁਛ ਉਹਦੇ 'ਤੇ ਗੱਲ ਕੀਤੀ ਜਾਵੇ। ਸੋ ਕੁਛ ਮੈਂ ਪੜ੍ਹਿਆ, ਕੁਛ ਮੈਂ ਰੀਅਲ ਜਿਨ੍ਹਾਂ ਦੇ ਨਾਲ ਇਹ ਚੀਜ਼ ਹੋਈ ਸੀ ਉਹਨਾਂ ਨੂੰ ਮਿਲਿਆ, ਕੁਛ ਮੈਂ ਕੰਟੈਂਟ ਦੇਖਿਆ ਇਸ ਦੇ ਰਿਲੇਟਡ, ਦੈਨ ਫਿਰ ਜੋ ਬਣਿਆ ਤੁਹਾਡੇ ਸਾਹਮਣੇ ਆ ਜੀ। ਕੀ ਪੜ੍ਹਨ ਤੋਂ ਬਾਅਦ ਤੁਸੀਂ ਕਿਸੇ ਕਹਾਣੀ ਨੂੰ ਲਿਖਣ ਬਾਰੇ ਸੋਚਦੇ ਹੋ ਜਾਂ ਤੁਹਾਡੀ ਆਬਜ਼ਰਵੇਸ਼ਨ ਇਹੋ ਜਿਹੀ ਹੈ ਕਿ ਸੋਸਾਇਟੀ ਦੇ ਵਿੱਚੋਂ ਕਹਾਣੀਆਂ ਚੱਕਦੇ ਹੋ? ਮੈਮ ਇਹ ਨਾ ਇੱਕ ਫਿਕਸ ਨਹੀਂ ਹੈ, ਇਹ ਕੋਈ ਲਿਮਿਟੇਸ਼ਨ ਨਹੀਂ ਹੈ। ਕਈ ਵਾਰੀ ਪਹਿਲਾਂ ਸੋਚ ਲਈ ਦੀ ਆ, ਬਾਅਦ 'ਚ ਉਹਦੇ ਰਿਲੇਟਡ ਪੜ੍ਹੀ ਦਾ, ਕਈ ਵਾਰੀ ਪੜ੍ਹ ਰਹੇ ਹੁੰਦੇ ਹਾਂ ਕੁਛ ਆ ਨਹੀਂ ਰਿਹਾ ਹੁੰਦਾ ਦਿਮਾਗ 'ਚ, ਪੜ੍ਹਦੇ ਪੜ੍ਹਦੇ ਕੁਛ ਦਿਮਾਗ 'ਚ ਆ ਜਾਂਦਾ, ਕਈ ਵਾਰੀ ਕਿਸੇ ਨੂੰ ਮਿਲ ਕੇ ਆ ਜਾਂਦਾ, ਕਈ ਵਾਰੀ ਡਰਾਈਵ ਕਰਦੇ ਆ ਜਾਂਦਾ, ਕਈ ਵਾਰੀ ਨਹਾਉਂਦੇ ਆ ਜਾਂਦਾ, ਯੂ ਨੈਵਰ ਨੋ। ਇਹ ਕਦੇ ਵੀ ਤੁਹਾਨੂੰ ਇਹ ਨਾ ਬੇਸਿਕਲੀ ਇੱਕ ਨੈਚੁਰਲ ਚੀਜ਼ ਹੈ, ਰੱਬ ਦਾ ਗਿਫਟ ਹੈ, ਗੋਡ ਦਾ, ਹੈ ਨਾ। ਸੋ ਉਹਦੀ ਮਰਜ਼ੀ ਹੈ ਉਹਨੇ ਕਦੋਂ ਦੇਣਾ, ਇਹ ਤੁਹਾਡੀ ਮਰਜ਼ੀ ਨਹੀਂ ਕਿ ਮੈਂ ਇੱਥੇ ਬੈਠ ਕੇ ਹੀ ਸੋਚੂੰਗਾ ਜਾਂ ਮੈਨੂੰ ਆਈਡੀਆ ਆਊਗਾ। ਇਹ ਜੋ ਵੀ ਹੈ, ਜੋ ਵੀ ਕਲਾ ਆਰਟ, ਤੁਸੀਂ ਜੋ ਵੀ ਜੋ ਮਰਜ਼ੀ ਇਹਨੂੰ ਨਾਮ ਦੇ ਲਓ, ਇਹ ਉਸ ਵਾਹਿਗੁਰੂ ਦਾ ਸਾਰਾ ਕੁਛ, ਉਸ ਰੱਬ ਦਾ, ਉਸ ਗੋਡ ਦਾ। ਸੋ ਉਹਦੀ ਮਰਜ਼ੀ ਆ, ਜਦੋਂ ਉਹ ਦੇਣਾ ਹੁੰਦਾ ਉਹ ਦੇ ਦਿੰਦਾ। ਕਈ ਦਿਨ ਮਹੀਨਾ ਮਹੀਨਾ ਖਾਲੀ ਵੀ ਬੈਠੇ ਰਹੀਦਾ, ਮਿੰਨਤਾਂ ਕਰੀਦੀਆਂ ਵੀ ਕੁਛ ਆਈਡੀਆ ਆ ਜਾਵੇ ਦਿਮਾਗ ਦੇ ਵਿੱਚ, ਨਹੀਂ ਆਉਂਦਾ। ਕਈ ਵਾਰੀ ਇੱਕ ਦਿਨ 'ਚ ਦੋ ਦੋ ਵੀ ਆ ਜਾਂਦੇ ਆ, ਸੋ ਇਹ ਸਾਰਾ ਉਹਦਾ। ਰਾਈਟਿੰਗ ਜ਼ਿਆਦਾ ਡਿਫੀਕਲਟ ਹੈ ਜਾਂ ਡਾਇਰੈਕਸ਼ਨ? ਵਿਹਲੇ ਰਹਿਣਾ। ਤੁਹਾਨੂੰ ਕੰਮ ਕਰਨਾ ਪਸੰਦ ਹੈ ਜਾਂ ਚੂਜ਼ੀ ਕੰਮ? ਮੈਨੂੰ ਕੰਮ ਕਰਨਾ ਪਸੰਦ ਹੈ ਜੀ। ਚੂਜ਼ੀ ਤਾਂ ਚਲੋ ਬੰਦਾ ਜਿਵੇਂ ਜਿਵੇਂ ਤੁਹਾਡੀ ਬ੍ਰਾਂਡ ਵੈਲਿਊ ਬਣਦੀ ਹੈ ਤੁਸੀਂ ਆਪਣੇ ਆਪ ਹੋ ਜਾਂਦੇ ਹੋ, ਐਂਡ ਡਰ ਲੱਗਦਾ ਜਿਹੜਾ ਹੈਗਾ ਉਹ ਵਿਹਲੇ ਰਹਿਣ ਤੋਂ। ਨਾ ਡਾਇਰੈਕਸ਼ਨ ਔਖੀ ਆ, ਨਾ ਰਾਈਟਿੰਗ ਔਖੀ ਆ। ਅਗਰ ਤੁਸੀਂ ਕੋਈ ਕੰਮ ਤੁਹਾਨੂੰ ਪਸੰਦ ਹੈ, ਤੁਹਾਡੀ ਹੌਬੀ ਆ, ਤੁਹਾਡਾ ਪੈਸ਼ਨ ਆ, ਉਹ ਔਖਾ ਹੋ ਹੀ ਨਹੀਂ ਸਕਦਾ। ਬਤੌਰ ਰਾਈਟਰ ਤੁਹਾਡੇ ਦਿਮਾਗ 'ਚ ਹਮੇਸ਼ਾ ਕੋਈ ਕਹਾਣੀ ਚੱਲਦੀ ਹੈ, ਤਾਂ ਤੁਹਾਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਮੇਰੇ ਇਰਦ ਗਿਰਦ ਮੇਰੇ ਤੋਂ ਮਿਸ ਵੀ ਹੋ ਜਾਂਦੀਆਂ? ਬਿਲਕੁਲ ਜੀ, ਮਲਟੀਪਲ ਕਹਾਣੀ ਚੱਲਦੀਆਂ ਰਹਿੰਦੀਆਂ ਦਿਮਾਗ 'ਚ। ਕਈ ਵਾਰੀ ਮੇਰੇ ਨਾਲੋਂ ਪਿੱਛੇ ਹੀ ਹੋਇਆ, ਮੇਰੇ ਇੱਕ ਫਰੈਂਡ ਨੇ, ਉਹਨਾਂ ਨੇ ਮੈਨੂੰ ਫੋਨ ਕੀਤਾ ਅਤੇ ਅਸੀਂ ਗੱਲਬਾਤ ਕਰ ਰਹੇ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਉਹ ਫਲਾਨੇ ਵਾਲੀ ਸਟੋਰੀ ਨਹੀਂ ਤੂੰ ਕੀਤੀ, ਹੈ ਨਾ, ਵੀ ਇਸ ਤੋਂ ਬਾਅਦ 'ਚ ਉਹ ਫਲਾਨੇ ਵਾਲੀ ਸਟੋਰੀ ਕਰ, ਕੋਈ ਮੇਰੀ ਸਟੋਰੀ ਸੀਗੀ। ਐਂਡ ਮੈਂ ਉਹਦੇ ਕੋਲੋਂ ਸੁਣ ਕੇ ਮੈਨੂੰ ਯਾਦ ਆਇਆ, ਮੈਂ ਕਿਹਾ ਅੱਛਾ ਹਾਂ, ਮੈਂ ਕਿਹਾ ਹਾਂ ਉਹ ਵੀ ਹੈਗੀ ਆ, ਮੇਰੀ ਹੀ ਕਹਾਣੀ ਆ, ਉਹਨੂੰ ਯਾਦ ਆ, ਮੈਨੂੰ ਨਹੀਂ ਯਾਦ, ਹੈ ਨਾ। ਸੋ ਮੈਨੂੰ ਸੁਣ ਕੇ ਉਸ ਤੋਂ ਬਾਅਦ 'ਚ ਦਿਮਾਗ 'ਚ ਆ ਵੀ ਹਾਂ ਯਾਰ ਉਹ ਵੀ ਕੀਤੀ ਜਾ ਸਕਦੀ ਆ, ਅਤੇ ਹੁਣ ਤਾਂ ਸਗੋਂ ਯੂਕੇ ਜਾਕੇ ਵਾਲਾ ਟਾਈਮ ਹੀ ਉੱਦਾਂ ਦਾ ਚੱਲਦਾ ਪਿਆ, ਸੋ ਹੁਣ ਮੈਂ ਨੈਕਸਟ ਉਹ ਕਰ ਰਿਹਾ। ਐਜ਼ ਅ ਡਾਇਰੈਕਟਰ ਔਰ ਰਾਈਟਰ, ਆਪਣੀ ਫਿਲਮ ਨੂੰ ਸਕਰੀਨ 'ਤੇ ਦੇਖਣ ਦਾ ਤੁਹਾਡਾ ਕੀ ਨਜ਼ਰੀਆ ਹੁੰਦਾ? ਅਮੇਜ਼ਿੰਗ ਹੁੰਦਾ ਜੀ, ਉਹ ਫੀਲ ਹੀ ਬਹੁਤ ਜਿਹੜੀ ਹੈਗੀ ਉਹ ਅਮੇਜ਼ਿੰਗ ਹੁੰਦੀ ਆ। ਜਦੋਂ ਪਹਿਲੀ ਵਾਰੀ ਦੇਖਦੇ ਹਾਂ, ਜਦੋਂ ਪੂਰੀ ਤੁਸੀਂ ਮੰਨ ਲਓ ਵੀ ਆਹ ਪ੍ਰੋਸੈਸ ਦੇ ਵਿੱਚ, ਇਹ ਫਿਲਮ ਫੈਬਰੇਰੀ 'ਚ ਅਸੀਂ ਸਟਾਰਟ ਕੀਤੀ ਸੀਗੀ, ਦਸੰਬਰ ਦੇ ਵਿੱਚ ਰਿਲੀਜ਼ ਹੋ ਰਹੀ ਆ, ਅਤੇ ਇਹਦਾ ਫਸਟ ਟਾਈਮ ਮੈਂ ਇਹਨੂੰ ਦੇਖਿਆ ਸੀਗਾ ਆਈ ਥਿੰਕ ਮੇ ਦੇ ਵਿੱਚ, ਮੇ ਤੋਂ ਲੈ ਕੇ ਹੁਣ ਤੱਕ ਮੈਨੂੰ ਨਹੀਂ ਪਤਾ ਮੈਂ ਕਿੰਨੇ ਕੁ ਵਾਰੀ, ਸੌਵਾਂ ਵਾਰੀ, ਹਜ਼ਾਰ ਵਾਰੀ ਫਿਲਮ ਦੇਖ ਲਈ ਹੋਣੀ ਆ। ਪਰ ਐਵਰੀ ਟਾਈਮ ਜਦੋਂ ਵੀ ਦੇਖਦਾ, ਸੋ ਆਪਣੀਆਂ ਗਲਤੀਆਂ ਤਾਂ ਪਤਾ ਲੱਗਦੀਆਂ ਹੀ ਆ ਕਿ ਮੇਰੀਆਂ ਆਹ ਗਲਤੀਆਂ ਨੇ। ਮੈਂ ਕੋਈ ਫਿਲਮੀ ਬੈਕਗ੍ਰਾਊਂਡ ਤੋਂ ਨਹੀਂ, ਮੇਰੀ ਪਹਿਲੀ ਫਿਲਮ ਵਿੱਚ ਗਲਤੀਆਂ ਵੀ ਹੋ ਸਕਦੀਆਂ ਜੋ ਕਿ ਮੈਂ ਸਿਰ ਮੱਥੇ ਕਬੂਲ ਕਰਦਾ, ਉਹ ਮੈਨੂੰ ਦੇਖਦੇ ਨੂੰ ਵੀ ਪਤਾ ਲੱਗ ਜਾਂਦੀਆਂ।
ਪਰ ਉਹ ਫੀਲਿੰਗ ਉਹ ਐਕਸਪੀਰੀਅੰਸ ਉਹ ਦੱਸਿਆ ਨਹੀਂ ਜਾ ਸਕਦਾ। ਜਦੋਂ ਪਹਿਲੀ ਵਾਰ ਸਕਰੀਨ ਤੇ ਆਪਣੀ ਕੋਈ ਕਹਾਣੀ ਦੇਖੀ ਸੀ ਉਸ ਸਮੇਂ ਇਮੋਸ਼ਨਲ ਹੋਏ ਹੋਣਗੇ, ਉਹ ਕਿਸ ਤਰ੍ਹਾਂ ਦੇ ਇਮੋਸ਼ਨ ਸੀ? ਮੈਂ ਸਕਰੀਨ ਤੇ ਤਾਂ ਚਲੋ ਹੋਣਾ ਹੀ ਸੀਗਾ ਇਮੋਸ਼ਨਲ। ਮੈਂ ਨਾ ਜਦੋਂ ਮੇਰੀ ਪਹਿਲੀ ਫਿਲਮ ਸੀ ਯਾਰਨ ਮੁੱਲੇ 2, ਉਹਦੀ ਕਹਾਣੀ ਲਿਖੀ ਮੈਂ, ਤੇ ਤੁਸੀਂ ਮੰਨੋਗੇ ਕਿ ਮੈਂ ਉਸ ਤੋਂ ਪਹਿਲਾਂ ਸ਼ੂਟ ਵੀ ਨਹੀਂ ਸੀ ਦੇਖਿਆ ਕਿ ਕਿਵੇਂ ਹੁੰਦਾ ਹੈ ਨਾ, ਪਰ ਮੈਂ ਕਹਾਣੀ ਲਿਖੀ, ਡਾਇਲੋਗਸ ਲਿਖੇ, ਐਂਡ ਜਿਸ ਦਿਨ ਉਹ ਪਹਿਲੇ ਦਿਨ ਸ਼ੂਟ ਹੋ ਰਿਹਾ ਸੀ ਜੋ ਹੁਣ ਤੱਕ ਮੈਂ ਪੇਪਰਾਂ 'ਤੇ ਚੱਕੀ ਫਿਰਦਾ ਸੀ, ਜਦੋਂ ਸਾਰਾ ਮੇਰੇ ਸਾਹਮਣੇ ਹੈਪਨ ਹੋਣਾ ਸਟਾਰਟ ਹੋਇਆ ਨਾ, ਤਾਂ ਬੜੀ ਇਮੋਸ਼ਨਲ ਮੂਮੈਂਟ ਸੀ, ਮੈਂ ਕਦੇ ਨਹੀਂ ਭੁੱਲਿਆ ਦੀ ਲਾਈਫ 'ਚ, ਨਾ ਮੈਨੂੰ ਲੱਗਦਾ ਮੈਨੂੰ ਕਦੇ ਭੁੱਲੂਗੀ, ਪਰ ਹੁੰਦਾ ਬਹੁਤ ਵਧੀਆ ਫੀਲਿੰਗ, ਬਹੁਤ ਕਮਾਲ ਦੀ ਫੀਲਿੰਗ ਆ। ਐਜ਼ ਅ ਡਾਇਰੈਕਟਰ ਤੁਸੀਂ ਕਿਸੇ ਨੂੰ ਫੋਲੋ ਕਰਦੇ ਹੋ, ਤੁਹਾਡੇ ਪਸੰਦੀਦਾਰ? ਬਹੁਤ ਨੇ ਜੀ, ਹਾਲੀਵੁੱਡ ਦੇ ਵੀ ਨਹੀਂ ਹੈਗੇ, ਆਪਣੇ ਪੰਜਾਬੀ ਦੇ ਵੀ ਹੈਗੇ ਆ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਦਾ, ਕੁਛ ਹਿੰਦੀ ਦੇ ਹੈਗੇ ਆ। ਸੋ ਇਹ ਮਲਟੀਪਲ ਹੈ ਕਿ ਤੁਸੀਂ ਜੇ, ਇਹ ਤਾਂ ਨੈਚੁਰਲ ਆ, ਦੇਖੋ ਜਿਹੜੀ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਨਾ, ਮੈਂ ਨਹੀਂ ਮੰਨਦਾ ਕਿ ਤੁਸੀਂ ਇਹ ਦਾਅਵਾ ਕਰ ਸਕਦੇ ਹੋ ਕਿ ਮੈਂ ਸਭ ਤੋਂ ਬੈਸਟ ਹਾਂ ਹੈ ਨਾ, ਜਾਂ ਮੈਂ ਟੋਪ ਹਾਂ, ਜਾਂ ਮੈਂ ਹੀ ਹੈ ਜੋ ਹੈਗਾ ਨਾ। ਮੈਂ ਹਮੇਸ਼ਾ ਮੈਂ ਹੀ ਦੇ ਵਿੱਚ ਨਹੀਂ ਬਿਲੀਵ ਕਰਦਾ, ਮੈਂ ਵੀ ਦੇ ਵਿੱਚ ਬਿਲੀਵ ਕਰਦਾ ਕਿ ਮੈਂ ਵੀ ਹਾਂ ਹੈ ਨਾ। ਸੋ ਹੁੰਦਾ ਹੀ ਆ, ਜਿਹੜਾ ਕੋਈ ਬੰਦਾ ਕੰਮ ਵਧੀਆ ਕਰਦਾ ਉਹ ਡੈਫੀਨੇਟਲੀ ਉਹਨੂੰ ਦੇਖ ਕੇ ਐਂ ਹੁੰਦਾ ਕਿ ਯਾਰ ਵੀ ਆਪਾਂ ਵੀ ਕੁਛ ਕਰੀਏ। ਐਜ਼ ਐਨ ਮਤਲਬ ਰਾਈਟਰ ਅਤੇ ਡਾਇਰੈਕਟਰ, ਤੁਸੀਂ ਸਕਰੀਨ 'ਤੇ ਤਾਂ ਆਪਣੀ ਸਟੋਰੀ ਦੇਖ ਰਹੇ ਹੋ ਆਪਣੀ ਨਜ਼ਰਾਂ ਨਾਲ, ਲੇਕਿਨ ਲੋਕਾਂ ਦੇ ਐਕਸਪੀਰੀਅੰਸ ਮਤਲਬ ਐਕਸਪ੍ਰੈਸ਼ਨਸ ਨੂੰ ਵੀ ਨੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਨੂੰ ਕਿਵੇਂ ਲੱਗ ਰਿਹਾ? ਹਾਂਜੀ, ਸਾਡਾ ਨਾ ਹੁਣ ਜਿੱਦਾਂ ਆਪਾਂ 5-6 ਵਜੇ ਵਾਲਾ ਸ਼ੋਅ ਹੈ ਨਾ ਪ੍ਰੀਮੀਅਰ ਦਾ ਸੀਗਾ, ਅਤੇ ਮੈਥੋਂ ਰੁਕਿਆ ਨਹੀਂ ਗਿਆ, ਮੇਰਾ ਦਿਲ ਕੀਤਾ ਕਿ ਮੈਂ ਨਾ, ਮੈਂ 12:30 ਵਜੇ ਵਾਲਾ ਸ਼ੋਅ ਸੀ ਉਹ ਮੈਂ ਇਕੱਲਾ ਦੇਖ ਕੇ ਗਿਆ, ਮੈਂ ਕਿਸੇ ਨੂੰ ਨਹੀਂ ਦੱਸਿਆ, ਇਹਨਾਂ ਨੂੰ ਸ਼ਾਇਦ ਪਤਾ ਵੀ ਨਹੀਂ ਟੀਮ ਨੂੰ ਕਿ ਇਹਨੇ ਫਿਲਮ ਦੇ, ਇਹਨਾਂ ਨੂੰ ਵੀ ਆਇਆ ਵੀ ਇਹਨੇ ਹੁਣ ਸਾਡੇ ਨਾਲ ਦੇਖਣੀ ਹੈ ਨਾ, ਪਰ ਮੈਂ 12:30 ਵਜੇ ਦੇਖ ਚੁੱਕਿਆ ਫਿਲਮ। ਅਤੇ ਉਸ ਫਿਲਮ ਦੇ ਵਿੱਚ ਕੁਛ ਕਪਲਸ ਬੈਠੇ ਹੋਏ ਸੀਗੇ, ਕੁਛ ਏਜਡ ਬਜ਼ੁਰਗ ਬੈਠੇ ਹੋਏ ਸੀਗੇ, ਲੇਡੀਜ਼ ਸੀਗੀਆਂ ਕੁਛ, ਅਤੇ ਮੈਨੂੰ ਬਹੁਤ ਅੱਛਾ ਲੱਗਾ ਕਿ ਮੈਂ ਉਹਨਾਂ ਦੇ ਵਿੱਚ ਬੈਠਾ ਹੋਇਆ ਸੀ, ਐਂਡ ਮੈਂ ਮਾਸਕ ਪਾਇਆ ਹੋਇਆ ਸੀ ਆਪਣਾ, ਅਤੇ ਆਹ ਪਾਈ ਹੋਈ ਸੀ ਵੀ ਇਹਦੇ ਉੱਪਰੋਂ ਵੀ ਕੁਛ ਪਾਇਆ ਹੋਇਆ ਸੀਗਾ ਵੀ ਦਿਖੇ ਨਾ ਉਹਨਾਂ ਨੂੰ। ਸੋ ਉਹਨਾਂ ਦੀਆਂ ਗੱਲਾਂ ਸੁਣੀਆਂ, ਜਿੱਥੇ ਉਹ ਹੱਸ ਰਹੇ ਸੀ, ਜਿੱਥੇ ਉਹ ਗਾਲਾਂ ਕੱਢ ਰਹੇ ਸੀ ਹੈ ਨਾ, ਉਹ ਮਜ਼ਾ ਆਇਆ ਸੁਣ ਕੇ। ਐਂਡ ਜਦੋਂ ਫਿਲਮ ਖਤਮ ਹੋਈ ਤਾਂ ਇੱਕ ਬਜ਼ੁਰਗ ਸੀਗਾ, ਉਹਨੂੰ ਤੁਰਨ ਵਾਸਤੇ ਹੈਲਪ ਚਾਹੀਦੀ ਸੀ, ਅਤੇ ਮੈਂ ਉਹਨੂੰ ਹੈਲਪ ਕਰਨ ਲੱਗ ਗਿਆ ਹੈ ਨਾ। ਉਹਨੇ 2 ਗੱਲਾਂ ਬੜੀਆਂ ਸੋਹਣੀਆਂ ਬੋਲੀਆਂ ਮੈਨੂੰ, ਮੈਂ ਉਹਨੂੰ ਵੈਸੇ ਪੁੱਛਿਆ, ਮੈਂ ਕਿਹਾ ਬਾਬਾ ਜੀ ਕਿਵੇਂ ਲੱਗੀ ਫਿਲਮ? ਕਹਿੰਦਾ ਇਹੋ ਜਿਹੀ ਜਨਾਨੀ ਨੂੰ ਗੋਲੀ ਮਾਰ ਦੇਣੀ ਚਾਹੀਦੀ। ਮੈਂ ਕਿਹਾ ਓਕੇ। ਅਤੇ ਫਿਰ ਜਦੋਂ ਮੈਂ, ਅਸੀਂ ਹਨੇਰੇ 'ਚੋਂ ਬਾਹਰ ਆਏ ਹੈ ਨਾ, ਅੰਦਰ ਹਨੇਰਾ ਹੁੰਦਾ ਆਡੀ ਦੇ, ਜਦੋਂ ਬਾਹਰ ਆਏ ਤਾਂ ਰੋ ਰਿਹਾ ਸੀ, ਐਂਡ ਮੈਂ ਉਹਦੇ ਖੁਦ ਆਪਣੇ ਹੱਥਾਂ ਨਾਲ ਉਹਦੇ ਹੰਝੂ ਪੂੰਝੇ, ਉਹਨੂੰ ਦੱਸਿਆ ਕਿ ਮੈਂ ਫਿਲਮ ਲਿਖੀ ਆ, ਬਣਾਈ ਆ। ਉਹ ਇੰਨਾ ਖੁਸ਼ ਹੋਇਆ, ਉਹ ਨੰਬਰ ਲੈ ਕੇ ਗਿਆ ਮੇਰਾ। ਹੁਣ ਵੀ ਉਹਨਾਂ ਦਾ ਫੋਨ ਆਇਆ ਸੀ ਵੀ ਜੈਨ ਅੰਕਲ ਲਿਖ ਕੇ ਸੇਵ ਕਰ ਲਈ ਪੁੱਤ, ਆਪਾਂ ਮਿਲਾਂਗੇ। ਮੈਂ ਕਿਹਾ ਜੀ ਜ਼ਰੂਰ ਮਿਲਾਂਗੇ। ਬਹੁਤ ਕਮਾਲ ਦਾ ਐਕਸਪੀਰੀਅੰਸ ਹੈ। ਸੋ ਮਨੀ, ਬੈਸਟ ਬੈਸਟ ਵਿਸ਼ਿਸ, ਉਮੀਦ ਹੈ ਤੁਸੀਂ ਪੰਜਾਬੀ ਸਿਨੇਮਾ ਨੂੰ ਹੋਰ ਵੀ ਸੋਹਣੇ ਕੰਸੈਪਟ ਦਿੰਦੇ ਰਹੋਗੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।